बटाला में 20 दिन पहले दिन दहाड़े रिटायर्ड एसडीओ की गोली मारकर हत्या कर दी गई थी, जिसके अनसुलझे कत्ल की गुत्थी को आज बटाला पुलिस द्वारा सुलझा लिया गया, जिसमें उसके भतीजे द्वारा ही पैसे के लेन देन को लेकर अपने ड्राइवर को कनाडा भेजने का लालच देकर उससे 315 बोर देसी पिस्तौल से कत्ल करवा दिया गया। पुलिस ने इस कत्ल की गुत्थी सुलझाने के लिए अलग अलग जांच टीमों का गठन किया था, जिसके चलते दोनों दोषियों को कल पुलिस द्वारा हिरासत में ले लिया गया। इन दोनों दोषियों के पास एक देसी पिस्तौल, 315 बोर सहित दो जिंदा कारतूस और एक मोटरसाइकिल बरामद किया गया और आज अगली कार्रवाई के लिए उन्हें मानयोग कोर्ट में पेश किया गया है। कितने के पैसे का सी? 30-40 लाख रुपए। 30-40 लाख रुपया ओ उन्होंने तुम्हें दिया था सी? हां जी। हां कारे वास्ते काम में चलाउन ले कारा काम सी मणिगाम ते एयर टिकटिंग ना। अच्छा ओ तू पैसा सारा इन्वेस्टमेंट करती इन्वेस्ट किया था सी? नहीं डूब गया ही गए। हैं डूब गए कुछ डूब गया पैसा सारा ਤਾਂ ਕਰਕੇ ਵਾਪਸ ਨਹੀਂ ਦਿੰਦਾ। ਹਾਂਜੀ ਹਾਂਜੀ। ਫਿਰ ਉਹਦਾ ਇਹ ਇਲਾਜ ਕੱਢਿਆ ਵੀ ਇਹਨੂੰ ਬੰਦੇ ਨੂੰ ਖਤਮ ਕਰ ਦਿਓ। ਗਲਤੀ ਹੋ ਗਈ ਜੀ ਸਾਡੇ ਕੋਲ। ਤੁਹਾਨੂੰ ਸੈਸਟਰੀ ਮਾਰਕੀਟ ਦੇ ਵਿੱਚ ਤਰਨਤੀਪ ਸਿੰਘ ਨਾਮ ਦਾ ਜਿਹੜਾ ਐਕਸ ਐਮਪਲਾਈ ਸੀ ਮਿਊਨਸੀਪਲ ਕਮੇਟੀ ਦਾ ਐਸ ਟੀ ਓ ਸੀ ਦੇ ਵਿੱਚ ਉਹਦਾ ਦੁਪਹਿਰੇ ਕੋਈ 4:15 ਵਜੇ ਮਰਡਰ ਹੋ ਗਿਆ ਸੀ, ਜਿਹੜਾ ਗੋਲੀ ਚਲਾ ਕੇ ਕੀਤਾ ਗਿਆ ਸੀ। ਉਹਦੇ ਵਿੱਚ ਬਟਾਲਾ ਪੁਲਿਸ ਦੇ ਅਫਸਰਾਂ ਵੱਲੋਂ ਕਾਫੀ ਮਿਹਨਤ ਕੀਤੀ ਗਈ, ਜਿਹੜਾ ਟ੍ਰੇਸ ਕੀਤਾ ਗਿਆ ਉਹਦੇ ਵਿੱਚ ਜਿਹੜਾ ਵਰਤਿਆ ਗਿਆ ਪਿਸਟਲ ਉਹ ਰਿਕਵਰ ਹੋ ਗਿਆ, ਜਿਹੜਾ ਮੋਟਰਸਾਈਕਲ ਤੋਂ ਜਾ ਕੇ ਮੈਂ ਵਾਰਦਾਤ ਕੀਤੀ ਗਈ ਉਹ ਰਿਕਵਰ ਕਰ ਲਿਆ। ਜਿਹੜਾ ਜਿੱਥੇ ਉਹਨੇ ਮੋਟਰਸਾਈਕਲ ਆਪਣੇ ਨੂੰ ਜਿਹੜਾ ਨੀਲੇ ਰੰਗ ਦਾ ਸੀ ਉਹਨੂੰ ਮਰਡਰ ਕਰਨ ਲਈ ਉਹਨੂੰ ਰੰਗ ਚੇਂਜ ਕੀਤਾ ਸੀ, ਉੱਤੇ ਇੱਕ ਟੇਪ ਲਾਈ ਸੀ ਕਾਲੇ ਰੰਗ ਦੀ, ਉਹ ਵੀ ਬਰਾਮਦ ਕਰ ਲਈ ਆ। ਇਹਦੇ ਵਿੱਚ ਦੋ ਮੁਲਜ਼ਮ ਅਰੈਸਟ ਕੀਤੇ ਗਏ ਨੇ, ਹਰਮਨ ਸਿੰਘ ਜਿਹੜਾ ਹਰਮਨਦੀਪ ਸਿੰਘ ਜਿਹੜਾ ਮੁੰਡਾ ਇਹਦਾ ਮਰਨ ਵਾਲੇ ਦਾ ਸਕਾ ਭਤੀਜਾ, ਇੱਕ ਉਹਦਾ ਡਰਾਈਵਰ ਸੁਖਜੀਤ ਸਿੰਘ ਜਿਹੜਾ ਮਰਡਰ ਇੱਕ ਇਕੱਠਾ ਚਾਚਾ ਭਤੀਜਾ ਇਕੱਠੇ ਬਿਜ਼ਨਸ ਕਰਦੇ ਸੀ, ਉਹਦੇ ਵਿੱਚ ਜਿਹੜੀ ਇਹਨਾਂ ਕੰਪਨੀ ਬਣਾਈ ਸੀ ਉਹਦੇ ਵਿੱਚੋਂ ਕੁਛ ਫੰਡ ਆਪਣੇ ਡਿਵਰਟ ਕਰ ਲਏ ਨੇ ਆਪਣੇ ਪਰਸਨਲ ਯੂਜ਼ ਲਈ, ਉਹ ਉਹਨਾਂ ਫੰਡ ਦੀ ਮੰਗ ਕਰਦਾ ਸੀ। ਜਦੋਂ ਇਹਨਾਂ ਦਾ ਥੋੜ੍ਹਾ ਬਹੁਤਾ ਆਪਸੀ ਖਿੱਚੋਤਾਣ ਹੋਈ ਹੈ, ਜਿਸ ਤੋਂ ਬਾਅਦ ਇਹਨੇ ਆਣ ਕੇ ਪੈਸੇ ਲਈ ਮਰਡਰ ਕਰਤਾ। ਬਟਾਲਾ ਸੇ ਜਸਵਿੰਦਰ ਬੇਦੀ, ਜੀਰੇ ਪੰਜਾਬ ਟੀਵੀ।